हेलो जी, सत श्री अकाल जी सारे, वेलकम बैक टू अनदर ब्लॉग। तो ब्लॉग स्टार्टिंग कर रहे हैं लेट, आज संडे है, मैं कह रहा काफ़ी दिन हो गए ब्लॉग नहीं शूट होया, ब्लॉग बनाया नहीं, ब्लॉग पाया नहीं, थोड़ा जहा एक्टिव हो जाइए मैं यूट्यूब पर। तो चाह गर्म कर रहे हैं क्योंकि सवेरे पहला मैं चला गया कि दुकान पर कम से मैं चाह पीते भी नहीं, हूँ चाह पीने आया, चाह गर्म हो रही है तो पीने अभी तुम डेली रूटीन दिखाने तो चाह पी के पहला फ्रैश हो जाइए। इधर घ्यो नहीं कर रहा, देसी घ्यो घर का। अच्छा जी, डांस हो रहा है, करो दीदी कर रही है ना, गुच्छा हो गया नी, साडा पुत गुच्छी हो गया, नाराज हो गए, किन्नू नु बुलाएगा, नैनू नु बुलाना, पापा नु मनु भी नहीं बुलाएगा, क्यों कट्टी मैं ना कट्टी कट्टी कौन बैठा पे इतराने दे, कौन बैठा पे मुंडा है, ला मर्च ला दे मुंह च, मर्चा पा दिए, पा दे मर्चा, मर्चा पा दे, कौन की कर दे, मैं मर्च लेके पाना तेरे मुंह लावा कान, सॉरी कर मैं मर्चा लेके आया, फिर मैं मर्च लेके आया, मैं खड़ जा मर्चा ले आवा, जा खड़ जा, मैं ना नु क्या उठ के क्या ना छोरी क्या परौंठे का गाना आ गया ओए, उनका बाल से कटा ले, पैसे मैं दे दूंगा बाल कटान दे, लटकी चढ़ेल कोर आ गया, भूत आ गया, भूत आ गया, भूत भूत आ गया, कित्थे चढ़ सकदा तू, तू कि चढ़ सकता है, चकदा जवान चल
ਸਨੀਕਰਸ ਖਾਇਆ ਸੀ ਤੈਨੂੰ ਓਏ ਬਾਂਦਰ ਆਹ ਲੀਡ ਥੱਲੇ ਨਾ ਰੁੱਟ ਦੇ ਓ ਮੰਕੀ ਓ ਤੈਨੂੰ ਮੈਂ ਦੱਸ ਦਿੱਤਾ ਹੀ ਹਾਂ ਤੈਨੂੰ ਦੱਸਤਾ ਹੀ ਮੈਂ ਇਹ ਬੋਦੇ ਫੜੀ ਨੂੰ ਪੱਟ ਦੇਣੇ ਨੇ ਤੇਰੇ ਇਹ ਬੋਦੇ ਮੈਂ ਤੇਰੇ ਪੱਟ ਦੇਣੇ ਇਹ ਬੋਦੇ ਤੇਰੇ ਮੈਂ ਪੱਟ ਦੇ ਸਤਰੀ ਆ ਗਈ ਵਾਲ ਖੋਲ ਕੇ ਉਹ ਆ ਗਈ ਸਤਰੀ ਆ ਗਈ ਸਤਰੀ ਆਏਗੀ ਹੁਣ ਸਤਰੀ ਆਏਗੀ ਇਹ ਆਈ ਸਤਰੀ ਚੱਕ ਲੋ ਇਹਨੂੰ ਬਾਲਟੀ ਸੁੱਟ ਕੇ ਆਓ ਬਾਲਟੀ ਚ ਜੀਰਾ ਬਾਹਰ ਸੁੱਟਤਾ ਜੇ ਹੈ ਜੀਰਾ ਬਾਹਰ ਸੁੱਟਤਾ ਨੇ ਜੀਰਾ ਹਾਏ ਹਾਲੇ ਵਿੱਚ ਜਿੰਦੇ ਵੀ ਨਹੀਂ ਹਨਾ ਇਧਰ ਪਾਪਾ ਦੇ ਬੂਟ ਭਰੇ ਹਾਏ ਕੀ ਹੈ ਐਂਡ ਚ ਕੀ ਸੀ ਕੀ ਹੈ ਕੀ ਕਰਾਂ ਵੱਡਾ ਵਲੌਗਰ ਕੈਮਰਾਮੈਨ ਜਲਦੀ ਫੋਕਸ ਕਰੋ ਦਾਦੂ ਸਰਪ੍ਰਾਈਜ਼ ਲਾਏ ਨੇ ਤੁਹਾਡੇ ਵਾਸਤੇ ਹੈ ਪਤਾ ਨੀ ਕੀ ਸਰਪ੍ਰਾਈਜ਼ ਲਾਏ ਨੇ ਕੁਛ ਫੋਨ ਆਇਆ ਕਹਿੰਦੇ ਦੋਨੋਂ ਬੱਚਿਆਂ ਨੂੰ ਲੈ ਕੇ ਕੀ ਲੈ ਨੇ ਜਲਦੀ ਚੱਲੋ ਕਿਧਰੇ ਨਾ ਭੁੱਲ ਨਾ ਜਾਣ ਕੀ ਸਰਪ੍ਰਾਈਜ਼ ਲਏ ਨੇ ਕੀ ਹੈ ਇਹ ਕੀ ਹੈ ਪਹਿਲਾਂ ਬੈਤ ਲੈਣ ਦਾ ਦਾਦੂ ਨੂੰ ਪਤਾ ਨੀ ਕਿੰਨੇ ਦੀ ਹੋਈ ਡੱਬਾ ਠੀਕ ਹੈ ਫਿਰ ਤੇ 1850 ਰੁਪਏ MRP ਹੈ ਇਹ 650 ਦਾ ਇਹਦਾ MRP ਕਿੰਨੇ ਇਹਦਾ 4000 ਰੁਪਏ MRP ਹੈ ਦੇ ਦਾਂਗੇ ਹਲੂ ਕੀ ਦੇ ਆ 200 ਰੁਪਏ
हाँ ये 500 का बिकता है 10 रुपए पीस बेचते ने इत्थे पांच डब्बिया ने एमआरपी नहीं लिखा इधर जो माचिस नहीं चलांदे की है बीड़ी पाऊं थोड़ी है बीड़ी पाऊं ना करके कुछ और है खोल के देखना देखो बीड़ी पाऊं है चल वाह भी पिस्तौल अच्छा की है बंदूकों च बंदूक च पैंदा ਤੁਹਾਨੂੰ ਹਰ ਦੋ ਸਮਝਾ ਲੈਣ ਤੋਂ ਪਹਿਲਾਂ ਇਹ ਅੱਗੋਂ ਪੈਂਦੇ ਤੇ ਪਿੱਛੋਂ ਖੋਲ ਕੇ ਨਾ ਉਹ ਪੱਤੇ ਜਿਹੇ ਹੈਗੇ ਨਾ ਉਹਦੇ 'ਚ ਮੇਰੇ ਖਿਆਲ ਜਿਹੜਾ ਸੋਸ ਸੂ ਕਹਿੰਦੇ ਨਾ ਸਾਡੇ ਜੂਸ ਦਾ ਹਾਂ ਇਹ ਇੱਥੇ ਪਿੱਛੇ ਲੱਗਦਾ ਅੱਛਾ ਉਹ ਚਲਾਓ ਤੇ ਫਿਰ ਅੱਗੋਂ ਚੱਲਦਾ ਹੋਗਾ ਇਹ ਵਾਲਾ ਬੰਬ ਜਿਹਾ ਇਹ ਅੱਗੇ ਲੱਗੇਗਾ ਬੰਬ ਨਹੀਂ ਹੈਗਾ ਇਹ ਹਾਂ ਉਹ ਹੋਰ ਚੀਜ਼ ਹੈ ਸੁਣੀ ਜਲਦੀ ਜਿਵੇਂ ਦੇਖਾਂਗੇ ਚਲੋ ਬੈਠੋ ਲਓ ਜੀ ਉੱਠ ਗਏ ਸੀ ਆਪਾਂ ਸ਼ਾਮ ਹੋ ਗਈ ਸਾਡੇ ਅਤੇ ਦੁਪਹਿਰ ਸੋ ਗਿਆ ਰੈਸਟ ਕੀਤੀ ਯਾਰ ਪੂਰਾ ਦੁਪਹਿਰ ਦੋ ਤਿੰਨ ਘੰਟੇ ਦੇ ਰੈਸਟ ਕੀਤੀ ਕਿਉਂ ਡੇਲੀ ਦੁਕਾਨ 'ਤੇ ਕੰਮ ਇੰਨੇ ਹੁੰਦੇ ਨੇ ਰੈਸਟ ਹੁੰਦੇ ਨੇ ਅਤੇ ਰੈਸਟ ਕਰਿਆ ਹੁਣ ਉੱਠ ਕੇ ਆਇਆ ਅਤੇ ਹੁਣ ਚਾਹ ਪਾਣੀ ਪੀਣ ਲੱਗਿਆ ਚਾਹ ਗਈ ਨਾ ਬੇਟਾ ਨਾ ਅਤੇ ਬੱਚੇ ਖੇਡ ਰਹੇ ਨੇ ਬਾਹਰ ਚਾਹ ਦਾ ਟਾਈਮ ਹੋਇਆ ਪਿਆ ਚਾਹ ਚੂਹ ਪੀਂਦੇ ਹਾਂ ਅਤੇ ਦੇਖਦੇ ਅੱਗੇ ਦੀ ਰੂਟੀਨ ਕੀ ਕਰਨਾ ਅੱਜ ਬਾਕੀ ਬੱਚਿਆਂ ਨੂੰ ਪਤਾ ਕਿੱਦਾਂ ਕਿ ਪਾਪਾ ਨੇ ਅੱਜ ਵੀ ਮੇਰੇ ਖਿਲਾਫ਼ ਵਜਾ ਰਹੇ ਹੈ ਅਤੇ ਇੱਧਰ ਚਾਹ ਪੀ ਲਈਏ ਇੱਕ ਕੱਪ ਬੜਾ ਘੈਂਟ ਲੱਗਦਾ ਮੇਰਾ ਸਪੈਸ਼ਲ ਕੱਪ ਹੈ ਆਸਟ੍ਰੇਲੀਆ ਦਾ ਜਿੱਧਰ ਪੀਜ਼ਾ ਪਾਰਟੀ ਹੋਣ ਲੱਗੀ ਆ ਮੈਂ ਪਿੱਛੇ ਪਈ ਸੀ ਪੀਜ਼ਾ ਖਾਣਾ ਤੈਨੂੰ ਕਿੰਨਾ ਦੇਣਾ ਹੈ ਤੈਨੂੰ ਤਾਂ ਦੇਣਾ ਹੀ ਨਹੀਂ ਅਸੀਂ ਤੇਰੇ ਵਾਸਤੇ ਥੋੜ੍ਹੀ ਮੰਗਾਇਆ ਤੇਰੇ ਵਾਸਤੇ ਥੋੜ੍ਹੀ ਹੈ ਨਾ ਖਾਏਗੀ ਇੱਕ ਨਹੀਂ ਨਹੀਂ ਤੇਰੇ ਵਾਸਤੇ ਥੋੜ੍ਹੀ ਮੰਗਾਇਆ ਹੋਰ ਆ ਖਾਈਏ ਫਿਰ ਬੜਾ ਰਸੇਲੜ ਜੇ ਉਸ ਕੇ ਭੱਜ ਗਿਆ ਸੀ ਜਾ ਹੁਣ ਚੱਲ ਤੇਰੇ ਵਾਸਤੇ ਥੋੜੀ ਹੈ ਹੈਂ ਤੂੰ ਨਹੀਂ ਖਾਣਾ ਨਾ ਤੂੰ ਤਾਂ ਉਧਰ ਭੱਜ ਗਿਆ ਸੀ ਰੁਸ ਕੇ ਅੱਛਾ ਆ ਜਾ ਚੱਲ ਆ ਜਾ ਹੁਣ ਚੱਲ ਵੀ ਅਸੀਂ ਖਾ ਲੈਂਦੇ ਹਾਂ ਬਸ ਟੇਸਟੀ ਜਿਹਾ ਨਾ ਬਹੁਤ ਟੇਸਟੀ ਹੈ ਓਨੀਅਨ ਵਾਲਾ ਇੱਥੇ ਬੈਠਣਾ ਇੱਧਰ ਰੱਖ ਉਹ ਤੈਨੂੰ ਦੇਣਾ ਮੈਂ ਦੂਸਰੇ ਟੈਨਸ਼ਨ ਤੈਨੂੰ ਪਹਿਲਾਂ ਪੈ ਗਈ ਹੈ ਮੈਂ ਪਾਈਏ ਪੀਜ਼ਾ ਬਣਾਉਣਾ ਲੈ ਲੈ ਪਾਈਏ ਮਿਰਚੀ ਕੋ ਪਾਈਏ ਮੈਂ ਥੋੜੀ ਪਾਈਏ ਜਿਹਨਾਂ ਪੀਜ਼ਾ ਬਣਾਇਆ ਉਹਨਾਂ ਨੇ ਪਾਈਏ ਉੱਪਰ ਕੀ ਹੈ ਹੈ ਚਲੋ ਫਿਰ ਚਲੋ ਮੈਂ ਵੀ ਮੱਥਾ ਟੇਕਾਂਗਾ ਚਲੋ ਇਹ ਸ਼ਾਮ ਨੂੰ ਆਰਤੀ ਕਰਨ ਚੱਲਿਆ
चल फिर चल तेरे पीछे ही मैं। चलो चलो इना तो के फ्रेश हो गया आपका ते इधर चल रही है पूजा। अपन पूजा करती है एक ही पूजन चल रही लो जी हूँ तीन चार महीने ना साडा इन्ने टाइम पास करना है एक बोस ने है ना नाया तीन चार महीने हूँ इन्हें टाइम पास कराना अपना रात को रोज़ 9 बजे 10 बजे बिग बॉस देखा करांगे टाइम पास करा करांगे अज भी टाइम पास ही करना है रोटी पानी खाने नाल बिग बॉस देखते हैं एक ही पहुंचे हैं 2025 में दो पूरे 105 के इंतजार के बाद मैं आपके सामने पेश करने जा रहा हूं एक ही फिनाले डायरेक्ट हमारे टॉप टू जिनमें से किसी एक को आपने सबसे ज्यादा वोट दिए हैं एंड द विनर इज मेरे पास पार्टी डॉटर